ਕੋਣ ਸਰਕਾਰ ਨੇ ਹੈਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਸਰਫੇਸ ਸੀਡਰ ਇੰਨੀਆਂ ਆਧੁਨਿਕ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਰਾਲੀ ਦੀ ਕੋਈ ਸਮੱਸਿਆ ਨਹੀਂ ਕਿ ਟ੍ਰੇਨਿੰਗ ਹੁਣ ਚੱਲ ਰਹੀ ਹੈ ਸਤੰਬਰ ਦੇ ਵਿੱਚੋਂ ਵੀ ਪਰਾਲੀ ਦੀ ਸਾਮ ਸੰਭਾਲ ਕਿਵੇਂ ਕਰਨੀ ਹੈ ਸੁਪਰ ਸੀਡਰ ਦੇ ਜਿਹੜੇ ਤੁਸੀਂ ਟਰੈਕਟਰ ਕਿੰਨੇ ਹਾਰਸ ਪਾਵਰ ਦਾ ਚਾਹੀਦਾ ਉਹਦੇ ਕਿੰਨੇ ਕਿੰਨੇ ਚੱਕਰਾਂ ਤੇ ਤੁਸੀਂ ਚਲਾਉਣਾ ਹੈਗਾ ਕਿੰਨੇ ਏਕੜ ਦੇ ਵਿੱਚ ਝੋਨੇ ਦੀ ਖੇਤੀ ਕਰਦੇ ਸਾਡੇ ਕੋਲ ਸਰ 50 ਏਕੜ ਦੀ ਖੇਤੀ ਹੈ ਜਿਨ੍ਹਾਂ ਦੇ ਵਿੱਚੋਂ ਸਾਰੀ ਦੀ ਸਾਰੀ ਬਾਸਮਤੀ ਲੱਗੀ ਹੋਈ ਹੈ ਆ ਹਲਦੀ ਵੀ ਲੱਗੀ ਹੋਈ ਹੈ ਅਸੀਂ ਇਹਦੀ ਇੱਕ ਵੀ ਗੋਡੀ ਨਹੀਂ ਕਰੀ ਇਹਨੂੰ ਘਟੋ ਘਾਟ ਅਸੀਂ 10 ਪੰਡ ਪਰਾਲੀ ਦੀ ਪਾਈ ਸੀ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਪਰਾਲੀ ਹੁਣ ਉਹਦਾ ਨਾਮ ਨਿਸ਼ਾਨ ਵੀ ਨਹੀਂ ਨਾ ਤਾਂ ਕੱਖੂਗੇ ਤਾਂ ਉਹੀ ਮੈਂ ਗੱਲ ਕਰ ਰਿਹਾ ਸੀ ਜਿਵੇਂ ਤੁਸੀਂ ਦੱਸ ਰਹੇ ਸੀ ਪਾਣੀ ਪੀਣ ਦੇ ਲਈ ਤੁਹਾਨੂੰ ਨਹਿਰ ਤੋਂ ਭਰ ਕੇ ਲੈਣਾ ਪੈਂਦਾ ਬੁਨਿਆਦੀ ਸਹੂਲਤਾਂ ਵੀ ਨਹੀਂ ਹੈਗੀਆਂ ਤਾਂ ਤੁਸੀਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚੇ ਤੇ ਮੇਰੇ ਅੰਦਰ ਇੱਕ ਚਾਹਨਾ ਸੀ ਵੀ ਆਪਾਂ ਖੇਤੀ ਕਿਸਾਨੀ ਦਾ ਕਰਨੀ ਹੈ ਲੇਕਿਨ ਕਰਨੀ ਹੈ ਕੁਝ ਨਵੇਂ ਤਰੀਕੇ ਨਾਲ ਕਪਾਸ ਮਤੀ ਉਹਦਾ ਵੀ ਬੀਜ ਵੇਚਦੇ ਹੋਗੇ ਤਾਂ ਕੋਲ ਆਮਦਨ ਤੁਹਾਡੀ ਕਿੰਨੀ ਆਏਗੀ ਤੁਹਾਨੂੰ ਕਹਿੰਦੇ ਵੀ ਖੇਤੀ ਕਿਸਾਨੀ ਘਾਟੇ ਦਾ ਸੌਦਾ ਵੀ ਇਹ ਘਾਟੇ ਦਾ ਸੌਦਾ ਨਹੀਂ ਹੈ ਇਹ ਮੁਨਾਫੇ ਦਾ ਸੌਦਾ ਹੈ ਪੰਜਾਬ ਦੇ ਵਿੱਚ ਜਦੋਂ ਝੋਨੇ ਦੀ ਫਸਲ ਵੱਢਣ ਤੇ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਪਰਾਲੀ ਸਭ ਤੋਂ ਵੱਡਾ ਮੁੱਦਾ ਬਣ ਜਾਂਦੀ ਹੈ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਜਿਹੜਾ ਧੂਆਂ ਹੈਗਾ ਉਹ ਦਿੱਲੀ ਤੱਕ ਪਹੁੰਚਦਾ ਹੈਗਾ ਤਾਂ ਫਿਰ ਜਿਹੜਾ ਰਾਜਨੀਤਿਕ 파ਰ ਹੈਗਾ ਉਹ ਵੀ ਵੱਧ ਹੈਗਾ ਤਾਂ ਹੁਣ ਇਸ ਦੀ ਸਮੱਸਿਆ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਉਹ ਵੀ ਸਰਕਾਰ ਕਰ ਰਹੀ ਹੈ ਪਰ ਇਸੇ ਵਿਚਾਲੇ ਤੁਹਾਨੂੰ ਦੱਸ ਦੇਵਾਂਗੇ ਕਿ ਸੰਗਰੂਰ ਦੇ ਭੂਲਣ ਪਿੰਡ ਦਾ ਜਿਹੜਾ ਇੱਕ ਕਿਸਾਨ ਹੈਗਾ ਉਹ ਹੁਣ ਤੱਕ ਪਤਾ ਹੀ ਨਹੀਂ ਕਿੰਨੀ ਕਵਾਰ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਜਾਂ ਆਪਣੀ ਸੁਚੱਜੀ ਖੇਤੀ ਕਰਕੇ ਜਿਹੜਾ ਸਨਮਾਨਤ ਹੋ ਚੁੱਕਿਆ ਹੈਗਾ ਖੇਤੀਬਾੜੀ ਕੇਂਦਰਾਂ ਤੋਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਉੱਪਰੋਂ ਸਾਡੇ ਨਾਲ ਬਾਲਕ੍ਰਿਸ਼ਨ ਜੀ ਨੇਗੇ ਬਾਲਕ੍ਰਿਸ਼ਨ ਜੀ ਨਾਲ ਗੱਲ ਕਰਦੇ ਆ ਬਾਲਕ੍ਰਿਸ਼ਨ ਜੀ ਕਿਵੇਂ ਸ਼ੁਰੂਆਤ ਹੋਈ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਪਰਾਲੀ ਸਭ ਤੋਂ ਵੱਡਾ ਮੁੱਦਾ ਹੈਗਾ ਤਾਂ ਤੁਸੀਂ ਅਸੀਂ ਦੇਖਿਆ ਕਿ ਵੱਖ-ਵੱਖ ਤਰ੍ਹਾਂ ਦੀ ਖੇਤੀ ਵੀ ਕਰਦੇ ਹੋ ਬੀਜ ਤਿਆਰ ਕਰਦੇ ਹੋ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਆਉਂਦੇ ਅ ਬੀਜ ਵੇਚ ਕੇ ਪੈਸੇ ਵੀ ਕਮਾਉਨੇ ਹੋ ਸਨਮਾਨਤ ਹੋ ਚੁੱਕੇ ਹਾਂ ਕਿਵੇਂ ਦੇਖਣੇ ਚੀਜ਼ਾਂ ਨੂੰ ਪਿੰਡ ਪੂਲਣ ਦੇ ਵਿੱਚੋਂ ਆਏ ਸਰਪੱਤਰਕਾਰ ਸਭ ਤੋਂ ਪਹਿਲਾਂ ਸਾਡੇ ਤੁਹਾਡਾ ਸਵਾਗਤ ਹੈ ਸਰ ਪਰਾਲੀ ਦੀ ਸਮੱਸਿਆ ਉਸ ਟਾਈਮ ਹੁੰਦੀ ਸੀ ਜਿਸ ਟਾਈਮ ਕੋਈ ਮਸ਼ੀਨਾਂ ਨਹੀਂ ਸੀ ਹੁਣ ਸਰਕਾਰ ਨੇ ਹੈਪੀ ਸੀਡਰ ਸੁਪਰ ਸੀਡਰ ਸਮਾਰਟ ਸੀਡਰ ਸਰਫੇਸ ਸੀਡਰ ਇੰਨੀਆਂ ਆਧੁਨਿਕ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਪਰਾਲੀ ਦੀ ਕੋਈ ਸਮੱਸਿਆ ਨਹੀਂ ਸਿਰਫ ਕੀ ਹੈ ਵੀ ਕਿਸਾਨ ਨੂੰ ਉਹਨਾਂ ਮਸ਼ੀਨਾਂ ਦੀ ਥੋੜੀ ਜੀ ਜਾਣਕਾਰੀ ਘੱਟ ਹੋਣ ਕਰਕੇ ਉੱਥੇ ਕਈ ਵਾਰੀ ਚੋਕਿੰਗ ਹੋ ਜਾਂਦੀ ਹੈ ਫਿਰ ਕਿਸਾਨ ਨੂੰ ਸਮੱਸਿਆ ਆ ਰਹੀ ਹੈ ਹਮ ਕਿ ਹੁਣ ਸਾਰੇ ਕਿਸੇ ਇਸ ਚੈਨਲ ਦੇ ਮਾਧਮ ਰਹੀਂ ਕਿਸਾਨਾਂ ਨੂੰ ਇਹ ਬੇਨਤੀ ਕਰਾਂਗਾ ਵੀ ਕਿਰਸ਼ਾਨ ਵਿਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਤੋਂ ਪਰਾਲੀ ਦੀ ਸਾਮ ਸੰਭਾਲ ਦੀ ਇੱਕ ਟ੍ਰੇਨਿੰਗ ਹੁਣ ਚੱਲ ਰਹੀ ਹੈ ਸਤੰਬਰ ਦੇ ਵਿੱਚੋਂ ਵੀ ਪਰਾਲੀ ਦੀ ਸਾਮ ਸੰਭਾਲ ਕਿਵੇਂ ਕਰਨੀ ਹੈ ਸੁਪਰ ਸੀਡਰ ਦੇ ਜਿਹੜੇ ਤੁਸੀਂ ਟਰੈਕਟਰ ਕਿੰਨੇ ਹਾਰਸ ਪਾਵਰ ਦਾ ਚਾਹੀਦਾ ਉਹਦੇ ਕਿੰਨੇ ਕਿੰਨੇ ਚੱਕਰਾਂ ਦੇ ਤੁਸੀਂ ਚਲਾਉਣਾ ਹੈਗਾ ਉਹ ਸਾਰਾ ਕੁਝ ਹੁਣ ਕਿਸਾਨਾਂ ਨੂੰ ਫਰੀ ਆਫ ਕੋਸਟ ਸਕਾਇਆ ਜਾ ਰਿਹਾ ਪਰਾਲੀ ਦੀ ਟ੍ਰੇਨਿੰਗ ਬਾਰੇ ਮਤਲਬ ਕਿ ਸਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿਸਾਨ ਵੀਰ ਜਿਨ੍ਹਾਂ ਕੋਲੇ ਕੋਈ ਸੁਪਰ ਸ਼ੀਡਰ ਸਮਾਰਟ ਸ਼ੀਡਰ ਹੈਗਾ ਉਹ ਉੱਥੇ ਜਾ ਕੇ 4 ਦਿਨਾਂ ਦੀ ਟ੍ਰੇਨਿੰਗ કૃષਿ ਵਿਗਿਆਨ ਕੇਂਦਰ ਖੇੜੀ ਲਾ ਸਕਦਾ ਤਾਂ ਕਿ ਉਹ ਜਿਹੜੀ ਮਸ਼ੀਨਰੀ ਹੈ ਉਹਨੂੰ ਚਲਾਉਣ ਦੇ ਵਿੱਚੋਂ ਕੋਈ ਵੀ ਔਖ ਨਾ ਆਵੇ ਤੇ ਉਹ ਵੱਧ ਤੋਂ ਵੱਧ ਆਪਣਾ ਕੰਮ ਕਰੇ ਉਹਨੂੰ ਮੁਨਾਫਾ ਕੱਟੇ ਤੇ ਕਿਸਾਨਾਂ ਦੀ ਜਿਹੜੀ ਇਹ ਸਮੱਸਿਆ ਬਣ ਰਹੀ ਹੈ ਇਹ ਸਮੱਸਿਆ ਤੋਂ ਕਿਸਾਨ ਨਿਜਾਤ ਪਾਣੋਂ ਤੁਸੀਂ ਕਿੰਨੇ ਏਕੜ ਦੇ ਵਿੱਚ ਝੋਨੇ ਦੀ ਖੇਤੀ ਕਰਦੇ ਹੋ ਸਾਡੇ ਕੋਲ ਸਰ 50 ਏਕੜ ਦੀ ਖੇਤੀ ਹੈ ਜਿਨ੍ਹਾਂ ਦੇ ਵਿੱਚੋਂ ਸਾਰੀ ਦੀ ਸਾਰੀ ਬਾਸਮਤੀ ਲੱਗੀ ਹੋਈ ਹੈ ਤਾਂ ਫਿਰ ਉਹਦਾ ਕੀ ਅੱਗੇ ਕਿਸ ਤਰ੍ਹਾਂ ਮਤਲਬ ਵੀ ਮੰਡੀ 'ਚ ਵੇਚਦੇ ਹੋ ਜਾਂ ਕਿਸ ਤਰ੍ਹਾਂ ਵੇਚਦੇ ਹੋ ਫਿਰ ਪਰਾਲੀ ਦਾ ਨਿਪਟਾਰਾ ਕਿਸ ਤਰ੍ਹਾਂ ਕਰਦੇ ਪਰਾਲੀ ਦਾ ਨਿਪਟਾਰਾ ਸਰ ਜਿਹੜਾ ਸਾਡੇ ਕੋਲ 10-15 ਕਿੱਲੇ ਜੀ ਬੀਜ ਵਾਸਤੇ ਨੇ ਉਹ ਸਾਰੇ ਹੱਥੇ ਬਣਾਉਨੇ ਆ ਹੱਥੇ ਵਡਾ ਕੇ ਪਰਾਲੀ ਸਾਡੇ ਇੱਧਰ ਵਪਾਰੀ ਨੇ ਪਿੰਡ ਦੇ ਵਿੱਚੋਂ ਦੋ ਤਿੰਨ ਉਹ ਪਰਾਲੀ ਖਰੀਦਦੇ ਨੇ ਤੇ ਮਤਲਬ ਉਹ ਪਰਾਲੀ ਨੂੰ ਸਰਦੀਆਂ ਦੇ ਵਿੱਚੋਂ ਕੁੱਟ ਕੇ ਰਾਜਸਥਾਨ ਦੇ ਵੇਚਦੇ ਨੇ ਉਹ ਪਰਾਲੀ ਦੀ ਬਿਲਕੁਲ ਹੱਲ ਹੋ ਜਾਂਦਾ 3 ਏਕੜ ਦਾ ਉਹ ਅਸੀਂ ਸਰ ਮਤਲਬ ਕਿ ਨਾ ਮੈਂ SMS ਕੰਪੇਨ ਰਾਹੀਂ ਬੜਵਾ ਕੇ ਸਾਡੇ ਕੋਲ ਸੋ ਕੀ ਨਾ ਮੈਂ ਸੁਪਰ ਸੀਡਰ ਹੈਗਾ ਤੇ 17 HP ਦਾ ਸਾਡੇ ਇੱਕ ਰਿਸ਼ਤੇਦਾਰ ਦਾ ਟਰੈਕਟਰ ਉਹ ਟਰੈਕਟਰ ਇੱਥੇ ਹੀ ਚੱਲਦਾ ਉਹਦੇ ਨਾਲ ਅਸੀਂ ਆਪਣੀ ਬਿਜਾਈ ਕਰਦੇ ਆਂ ਸਾਡੇ ਲਈ ਜਹਰ ਪ੍ਰਾਲੀ ਕੋਈ ਸਮੱਸਿਆ ਨਹੀਂ ਹੈਗਾ ਸਾਡੇ ਲਈ ਤਾਂ ਇੱਕ ਪੈਸੇ ਕਮਾਉਣ ਦਾ ਜਰੀਆ ਹੈਗਾ ਹੁਣ ਸਾਡੇ ਤੇ ਤੁਸੀਂ ਇੱਧਰ ਤੇ ਨਿਗਾਹ ਮਾਰੋ ਆ ਹਲਦੀ ਵੀ ਲੱਗੀ ਹੋਈ ਐ ਅਸੀਂ ਇਹਦੀ ਇੱਕ ਵੀ ਗੋਡੀ ਨਹੀਂ ਕਰੀ ਇਹਨੂੰ ਘਟੋ ਘੜ ਅਸੀਂ 10 ਪੰਡ ਪ੍ਰਾਲੀ ਦੀ ਪਾਈ ਸੀ ਹੁਣ ਤੁਸੀਂ ਦੇਖ ਸਕਦੇ ਹੋ ਇੱਥੇ ਪ੍ਰਾਲੀ ਹੁਣ ਉਹਦਾ ਨਾਮ ਨਿਸ਼ਾਨ ਵੀ ਨਹੀਂ ਨਾ ਤਾਂ ਕੱਖੁੱਗੇ ਨਾ ਪ੍ਰਾਲੀ ਅੱਛਾ ਜਦੋਂ ਅਸੀਂ ਸਰ ਲਸਣ ਦੀ ਖੇਤੀ ਕਰਦੇ ਆ ਲਸਣ ਬੀਜਦੇ ਆ ਉਹਦੀ ਮਲਚਿੰਗ ਵੀ ਪ੍ਰਾਲੀ ਨਾਲ ਕਰਦੇ ਆ ਅੱਛਾ ਸਰ ਅਸੀਂ ਫਿਰ ਪਿਆਜ਼ ਦਾ ਬੀਜ ਵੀ ਲਾਉਨੇ ਆ ਉਹਦੀ ਜਿਹੜੀ ਮਲਚਿੰਗ ਹੈ ਉਹ ਵੀ ਪ੍ਰਾਲੀ ਨਾਲ ਕਰਦੇ ਆ ਫਿਰ ਸਾਡੇ ਕੋਲ 10 ਏਕੜ ਦੇ ਪਨੀਰੀ ਦਾ ਕੰਮ ਹੈ ਜਿਹੜੇ ਮਤਲਬ ਪਨੀਰੀ ਦੀ ਗੁੱਛੀ ਬਣਾਉਂਦੇ ਨੇ ਲੇਬਰ ਉਹਨਾਂ ਨੂੰ ਸਭ ਤੋਂ ਜਿਆਦਾ ਪ੍ਰਾਲੀ ਦੀ ਜ਼ਰੂਰਤ ਹੁੰਦੀ ਹੈ ਸਾਡੀ 2-3 ਕਿੱਲਿਆਂ ਦੀ ਪ੍ਰਾਲੀ ਤਾਂ ਉੱਥੇ ਲੱਗ ਜਾਂਦੀ ਹੈ ਬਾਕੀ 2-3 ਕਿੱਲਿਆਂ ਦੀ ਪ੍ਰਾਲੀ ਸਾਡੇ ਲਸਣ ਦੀ ਮਲਚਿੰਗ ਤੇ ਪਿਆਜ਼ ਦੀ ਮਲਚਿੰਗ ਤੇ ਸਾਡੀ ਹਲਦੀ ਦੀ ਮਲਚਿੰਗ ਤੇ ਲੱਗੀ ਹੁਣ ਅੱਛਾ ਜੇ ਮਤਲਬ ਅਸੀਂ ਇਹਦੀ ਮਲਚਿੰਗ ਕਰਤੀ ਤੇ ਇਹ ਦੇਖੋ ਸਰ ਅਸੀਂ ਮਤਲਬ ਜਿਹੜੀ ਨੂੰ ਗੋਡੀ ਵੀ ਨਹੀਂ ਕਰੀ ਨਾ ਸਾਡੀ ਕੋਈ ਲੇਬਰ ਲੱਗੀ ਤੁਹਾਡੇ ਸਾਹਮਣੇ ਹਲਦੀ ਖੜੀ ਹੈ ਹਲਦੀ ਦੀ ਸਿਹਤ ਦੇਖ ਲਓ ਇਹ ਸਾਰਾ ਕੁਝ ਵੀ ਮੈਂ ਮਤਲਬ ਜੇ ਕਿਸਾਨ ਨੂੰ ਗਿਆਨ ਹੋਵੇ ਨਾ ਔਰ ਇਹ ਗਿਆਨ ਮਿਲੂਗਾ ਯੂਨੀਵਰਸਟੀਆਂ ਤੋਂ ਖੇਤੀ ਵਿਗਿਆਨ ਕੇਂਦਰ ਖੇੜੀ ਤੋਂ ਤਾਂ ਪਰਾਲੀ ਕੋਈ ਸਮੱਸਿਆ ਨਹੀਂ ਪਰਾਲੀ ਤਾਂ ਇੰਨੀ ਗੁਣਕਾਰੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਪਰ ਇੱਕ ਚੀਜ਼ ਦਾ ਸਵਾਲ ਮੈਨੂੰ ਤੁਹਾਡੇ ਤੋਂ ਜੜਾ ਆ ਰਿਹਾਗਾ ਵੀ ਤੁਸੀਂ ਸੰਗਰੂਰ ਤੋਂ ਜੇ ਗੱਲ ਕਰੀਏ ਅਸੀਂ 80 ਕਿਲੋਮੀਟਰ ਦੂਰ ਹਰਿਆਣਾ ਬਾਰਡਰ ਤੇ ਖੜੇ ਆ ਤੁਹਾਡਾ ਪਿੰਡ ਬਿਲਕੁਲ ਲਾਸਟ ਪਿੰਡ ਹੈਗਾ ਹਰਿਆਣਾ ਇੱਥੋਂ ਕਿੰਨੇ ਕਿਲੋਮੀਟਰ ਹੈਗਾ ਹਰਿਆਣਾ ਸਰ ਇੱਥੇ 6 ਕਿਲੋਮੀਟਰ ਹੈ ਤੇ ਜਿਲ੍ਹਾ ਜਿਹੜਾ ਸਾਡਾ ਜਿਲ੍ਹਾ 75 ਕਿਲੋਮੀਟਰ ਹੈ। ਹੂੰ ਤਾਂ ਉਹੀ ਮੈਂ ਗੱਲ ਕਰ ਰਿਹਾ ਸੀ ਜਿਵੇਂ ਤੁਸੀਂ ਦੱਸ ਰਹੇ ਸੀ ਪਾਣੀ ਪੀਣ ਦੇ ਲਈ ਤੁਹਾਨੂੰ ਨਹਿਰ ਤੋਂ ਭਰ ਕੇ ਲਿਆਉਣਾ ਪੈਂਦਾ ਹੈ। ਬੁਨਿਆਦੀ ਸਹੂਲਤਾਂ ਵੀ ਨਹੀਂ ਹੈਗੀਆਂ ਤਾਂ ਤੁਸੀਂ ਯੂਨੀਵਰਸਿਟੀਆਂ ਤੱਕ ਕਿਵੇਂ ਪਹੁੰਚੇ? ਸਰ ਮਨ ਦੇ ਵਿੱਚੋਂ ਕੁਛ ਕਰਨ ਦੀ ਚਾਹ ਸੀ। ਖੇਤੀਬਾੜੀ ਦਾ ਮੇਰੇ ਦਾਦਾ ਵੀ ਕਰਦੇ ਸੀ, ਮੇਰੇ ਪਿਤਾ ਜੀ ਵੀ ਕਰਦੇ ਸੀ। ਮੈਂ ਇੱਕ ਕਿਸੇ ਖੇਤੀਬਾੜੀ ਵਾਲੇ ਪਰਿਵਾਰ ਤੋਂ ਹੀ ਆ। ਤੇ ਮੇਰੇ ਅੰਦਰ ਇੱਕ ਚਾਹਨਾ ਸੀ ਵੀ ਆਪਾਂ ਖੇਤੀਬਾੜੀ ਦਾ ਕਰਨੀ ਹੈ। ਲੇਕਿਨ ਕਰਨੀ ਹੈ ਕੁਝ ਨਏ ਤਰੀਕੇ ਨਾਲ ਵਿਗਿਆਨਿਕਾਂ ਦੀ ਦੇਖ-ਰੇਖ ਨਾਲ ਉਹਨਾਂ ਨਾਲ ਮਤਲਬ ਮੋਢੇ ਨਾਲ ਮੋਢਾ ਮਿਲਾ ਕੇ ਉਹਨਾਂ ਦੇ ਮਤਲਬ ਸਿੱਖ ਕੇ ਟ੍ਰੇਨਿੰਗ ਲੈ ਕੇ ਫੇਰ ਹੀ ਕਿਤੇ ਕਿਸਾਨੀ ਕਰਨੀ ਹੈ ਤੇ ਅਸੀਂ ਸਰ ਟ੍ਰੇਨਿੰਗ ਲਾਈਆਂ ਪਨੀਰੀ ਬੀਜਣ ਦੀ ਟ੍ਰੇਨਿੰਗ ਲਾਈ ਬੀਜ ਬਣਾਉਣ ਦੀ ਟ੍ਰੇਨਿੰਗ ਲਾਈ ਮਧੂ ਮੱਖੀ ਦੀ ਲਾਈ ਬੀ ਕੀਪਿੰਗ ਦੀ ਲਾਈ ਅੱਛਾ ਕੀ ਨਾ ਪੋਲਟਰੀ ਫਾਰਮ ਦੀ ਵੀ ਅਸੀਂ ਲਾਈ ਹੈ ਅਸੀਂ ਇਹਨਾਂ ਸਾਰੇ ਪ੍ਰੋਜੈਕਟ ਜਿਹੜੇ ਸਾਡੇ ਸਹਾਇਕ ਧੰਦੇ ਨੇ ਉਹਨਾਂ ਤੋਂ ਚੰਗਾ ਮੁਨਾਫਾ ਕਮਾ ਰਹੇ ਆ ਜਿਸ ਤਰ੍ਹਾਂ ਤੁਸੀਂ ਖੇਤੀ ਕਰ ਰਹੇ ਹੋ ਤਾਂ ਦਰਸ਼ਕਾਂ ਨੂੰ ਇਦਾਂ ਲੱਗਦਾ ਦੇਖਣ ਵਾਲੇ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੋ ਤੁਹਾਡੇ ਤੁਸੀਂ ਕੀ ਹੁਣ ਤੱਕ ਕਿੰਨੀ ਪੜ੍ਹਾਈ ਕੀਤੀ ਸਰ ਮੇਰੀ ਪੜਾਈ ਪਲੱਸ 2 ਹੈ ਸਿਰਫ ਅੱਛਾ ਤੁਸੀਂ ਸਾਰੀਆਂ ਚੀਜ਼ਾਂ ਟ੍ਰੇਨਿੰਗ ਰਾਹੀਂ ਸਿੱਖੀਆਂ ਨੇ ਜਿਨ੍ਹਾਂ ਸਾਰੇ ਸਾਰ ਜਿੰਨਾ ਵੀ ਗਿਆਨ ਦੀ ਪ੍ਰਾਪਤੀ ਹੋਈ ਹੈ ਸਰ ਸਾਰੀ ਇਹ ਟ੍ਰੇਨਿੰਗ ਦੇ ਦੌਰਾਨ ਹੀ ਹੋਈ ਹੈ ਵੀ ਕਿਹੜੀ ਫਸਲ ਦੇ ਵਿੱਚੋਂ ਕਿੰਨਾ ਮੁਨਾਫਾ ਕਿੱਥੇ ਛੁਪਿਆ ਹੋਇਆ ਹੈ ਤੁਸੀਂ ਜਿਵੇਂ ਬੀਜ ਦਿਖਾ ਰਹੇ ਸੀ ਕਿ ਤੁਹਾਡੇ ਬੀਜ ਨੇ ਲਸਣ ਦੇ ਚਾਰ ਤਰ੍ਹਾਂ ਦੇ ਤੁਹਾਡੇ ਕੋਲੇ ਪੰਜ ਤਰ੍ਹਾਂ ਦੇ ਲਸਣ ਦਾ ਬੀਜ ਹੈ ਤੇ ਪਿਆਜ਼ ਦਾ ਤੁਸੀਂ ਦੱਸ ਰਹੇ ਸੀ ਜਿਹੜਾ 3000 ਰੁਪਏ ਕਿਲੋ ਦਾ ਪਿਆਜ਼ ਆ ਉਹ ਤੁਸੀਂ ਬੀਜ ਬਹੁਤ ਸਾਮਕੇ ਰੱਖਿਆ ਹੋਇਆ ਹੈਗਾ ਤਾਂ ਇਸ ਤੋਂ ਇਲਾਵਾ ਤੁਸੀਂ ਜਿਹੜੀ ਬਾਸਮਤੀ ਆ ਉਹਦਾ ਵੀ ਬੀਜ ਵੇਚਦੇ ਹੋਗੇ ਤਾਂ ਕੋਲ ਆਮਦਨ ਤੁਹਾਡੀ ਕਿੰਨੀ ਹੈਗੀ ਸਰਾਮਦਨ ਦੇਖੋ ਇਹ ਤਾਂ ਮੈਂ ਤੇ ਚੈਨਲ ਤੇ ਮੈਂ ਨਹੀਂ ਦੱਸ ਸਕਦਾ ਲੇਕਿਨ ਇੰਨਾ ਜ਼ਰੂਰ ਹੈ ਵੀ ਅਸੀਂ ਸਾਡੀ ਆਮਦਨ ਇੰਨੀ ਆ시 ਬਹੁਤ ਖੁਸ਼ ਆ ਅਸੀਂ ਇੰਨਾ ਦਿਲ ਖੋਲ ਕੇ ਇਸ ਚੈਨਲ ਦੇ ਮਾਧਮੇ ਤੇ ਕਿਸਾਨ ਨੂੰ ਕਹਿ ਸਕਦੇ ਆ ਜਿਹੜੇ ਕਿਸਾਨ ਕਹਿੰਦੇ ਵੀ ਖੇਤੀ ਕਿਸਾਨੀ ਘਾਟੇ ਦਾ ਸੌਦਾ ਵੀ ਇਹ ਘਾਟੇ ਦਾ ਸੌਦਾ ਨਹੀਂ ਹੈ ਇਹ ਮੁਨਾਫੇ ਦਾ ਸੌਦਾ ਹੈ ਲੇਬਰ ਕਿੰਨੀ ਲੱਗਦੀ ਆ ਤੁਹਾਨੂੰ ਲੇਬਰ ਸਾਰਾ ਜਿਹੜਾ ਜਿੰਨਾ ਵੀ ਕੰਮ ਹੈਗਾ ਪਸ਼ੂਆਂ ਦੀ ਸਾਂਭ ਸੰਭਾਲ ਦਾ ਖੇਤੀ ਕਿਸਾਨੀ ਦਾ ਫਸਲਾਂ ਦੇ ਵਿੱਚੋਂ ਖਾਦ ਪਾਉਣਾ ਪਾਣੀ ਲੈਣਾ ਦਵਾਈ ਛਿੜਕਣੀ ਜੋ ਵੀ ਕੰਮ ਹੈਗਾ ਅਸੀਂ ਸਾਰੇ ਪਰਿਵਾਰ ਮਿਲ ਕੇ ਕਰਦੇ ਆ ਸਾਡੇ ਕੋਲ ਕੋਈ ਕੰਮ ਨਹੀਂ ਹੈਗਾ ਸਾਡੇ ਤਾਂ ਅਸੀਂ ਤਿੰਨ ਭਰਾ ਜੁਆਇੰਟ ਫੈਮਿਲੀ ਹੈ ਸਾਰਾ ਕੰਮ ਅਸੀਂ ਆਪਣੇ ਹੱਥੀ ਕਰਦੇ ਆ ਆਪਣੇ ਭਰਾ ਨੇਗੇ ਇਹ ਬ੍ਰਦਰ ਹੁੰਦੇ ਅਸੀਂ ਤਾਂ ਜੀ ਮਤਲਬ ਸਾਨੂੰ ਇਹਨਾਂ ਨੂੰ ਦੇਖ ਦੇਖ ਕੇ ਜੀ ਮੇਰੇ ਛੋਟੇ ਵੀਰ ਨੇ ਮੇਰੇ ਤੋ ਇਹਨਾਂ ਨੂੰ ਦੇਖ ਦੇਖ ਕੇ ਆ ਸਾਡੇ ਤਾਂ ਹੋਰ ਬਹੁਤ ਜ਼ਿੰਮੇਦਾਰ ਆ ਇਹਨਾਂ ਦੇ ਪੂਰੇ ਹੋ ਗਏ ਇੱਥੋਂ ਜਾ ਜਾ ਕੇ ਪੁੱਛਦੇ ਨੇ ਉੱਥੇ ਆਂਦੇ ਨੇ ਇਹ ਇਹ ਰਿਸਪੈਕਟ ਕਰਦੇ ਨੇ ਉਹਨਾਂ ਦੀ ਪੂਰੀ ਤੋ ਉਹਨਾਂ ਨੂੰ ਦੱਸਦੇ ਨੇ ਇਹਨਾਂ ਨੂੰ ਇਹਨਾਂ ਦੀ ਸੋਚ ਦੇ ਕਾਰਨ ਅਸੀਂ ਯੂਨੀਵਰਸਿਟੀਆਂ 'ਚ ਨਹੀਂ ਗਏ ਇਹ ਗਏ ਨੇ ਜਿੱਥੇ ਵੀ ਗਏ ਨੇ ਅਸੀਂ ਤਾਂ ਇਹਨਾਂ ਦੇ ਥਰੂ ਮੈਂ ਵੀ ਜ਼ਿੰਮੇਦਾਰ ਆ ਇੱਕ ਇੱਕ ਕਿਸਾਨ ਪਿੰਡ 'ਚ ਸਿੱਖ ਕੇ ਆਇਆ ਤਾਂ ਹੁਣ ਸਾਰੇ ਉਹਦੇ ਕੋਲ ਆ ਰਹੇ ਆ ਹਾਂ ਇਹਦੇ ਇਹਦੇ ਕੋਲ ਹੀ ਆਣੇ ਆ ਜੀ ਇੱਥੇ ਬੀਜ ਬਹੁਤ ਦੂਰ ਦੂਰ ਜਾਂਦਾ ਜੀ ਸਾਡਾ ਬੀਜ ਇਹਨਾਂ ਦਾ ਤਿਆਰ ਕਰਿਆ ਹੈ ਬੀਜ ਇਹਨਾਂ ਦੀ ਵੈਰੈਟੀ ਜੋ ਵੀ ਲਸਣ ਪਿਆਜ਼ ਹੈ ਜਿਵੇਂ 10-12 ਕਿੱਲੇ ਤਾਂ ਇਹਨਾਂ ਨੇ ਪਨੀਰੀ ਵਿਜੀ ਸੀ ਜੀ ਉਹ ਲੈ ਕੇ ਗਏ ਨੇ ਜ਼ਿਮੀਦਾਰ ਦੂਰੋਂ ਦੂਰੋਂ ਆ ਆ ਕੇ ਤਾਂ ਉਹ ਤੁਸੀਂ ਬਾਸਮਤੀ ਦੀ ਦੱਸ ਰਹੇ ਸੀ ਬਾਸਮਤੀ ਕਿੰਨੇ ਏਕੜ ਦਾ ਜਿਹੜਾ ਬੀਜ ਵੇਚ ਕੇ ਤੁਸੀਂ ਕਿੰਨੀ ਇੱਕ ਏਕੜ ਦੀ ਕਮਾਈ ਦੱਸ ਦਿਓ ਕਿੰਨੀ ਹੋ ਜਾਂਦੀ ਹੈ ਬਾਂਸਮਤੀ ਦਾ ਸਰ ਸਾਡੇ ਕੋਲ 8-10 ਵੈਰੈਟੀਆਂ ਨੇ 8-10 ਵੈਰੈਟੀਆਂ ਦਾ ਫਿਲਹਾਲ ਅਜੇ ਸਾਡਾ ਕੰਮ ਛੋਟਾ ਸ਼ੁਰੂ ਤੇ ਹੀ ਹੈ ਅਸੀਂ ਇੱਕ ਇੱਕ ਵੈਰੈਟੀ ਦਾ ਘੱਟੋ ਘੱਟ 10-15 ਕਾਉਂਟਰ ਸੀਡ ਰੱਖਦੇ ਆ ਤੇ ਉਹ ਸਾਡਾ ਸਾਰੇ ਦਾ ਸਾਰੇ ਵਿਕ ਜਾਂਦਾ ਉਹ ਤੋਂ ਬਾਅਦ ਸਰ ਜਿਵੇਂ ਹੁਣ ਅਸੀਂ 10 ਕਿੱਲਿਆਂ ਦੀ ਫਿਰ ਪਨੀਰੀ ਬੀਜਦੇ ਆ ਪਨੀਰੀ ਵੀ ਸਾਡੀ ਪੰਜਾਬ ਦੇ ਵਿੱਚੋਂ ਜਾਰੀ ਹੈ ਹਰਿਆਣੇ ਦੇ ਵਿੱਚੋਂ ਜਾਰੀ ਹੈ ਇਹ ਪਨੀਰੀ ਦਾ ਸਾਡਾ ਵੀ ਇੱਕ ਮਤਲਬ ਪ੍ਰੋਫਿਟ ਵਾਲਾ ਕੰਮ ਹੈ ਨਾਲੇ ਤਾਂ ਸਾਨੂੰ ਇੱਕ ਕੰਮ ਮਿਲ ਜਾਂਦਾ ਪੂਰੇ ਪਰਿਵਾਰ ਨੂੰ ਨਾਲੇ ਨੇੜੇ ਤੇੜੇ ਦੇ ਜਿੰਨੇ ਵੀ ਕਿਸਾਨ ਵੀਰ ਨੇ ਹਰਿਆਣੇ ਦੇ ਨੇ ਜਾਂ ਸਾਡੇ ਆਂਢੀ ਗੁਆਂਢੀ ਨੇ ਉਹਨਾਂ ਨੂੰ ਸਾਫ਼ ਹੂੰ ਮਿਲ ਜਾਂਦੀ ਹੈ ਉਹਨਾਂ ਨੂੰ ਕਿਤੇ ਦੂਰ ਜਾਣ ਦੀ ਲੋੜ ਹੀ ਨਹੀਂ ਹੂੰ ਤਾਂ ਹੁਣ ਜਿਵੇਂ ਸਨਮਾਨਤ ਕੀਤਾਗਾ ਗਰਮੀ ਸਿੰਘ ਖੁੱਡੀਆਂ ਖੇਤੀ ਮੰਤਰੀ ਨੇਗੇ ਤਾਂ ਕਿਵੇਂ ਉਹਦੋਂ ਮਹਿਸੂਸ ਕਿਵੇਂ ਹੁੰਦਾ ਵੀ ਇਹ ਇਸ ਜਗ੍ਹਾ ਤੋਂ ਉੱਠ ਕੇ ਉੱਥੇ ਜਾ ਕੇ ਸਨਮਾਨ ਲੈਣੇ ਸਰ ਇਹ ਮਹਿਸੂਸਤਾ ਮੈਂ ਇਸੇ ਕਰਕੇ ਕਹਿ ਰਿਹਾ ਵੀ ਜਿਹੜਾ ਸਾਡਾ ਸਫਰ ਸੀ ਉਹ ਖੇਤੀ ਵਿਗਿਆਨ ਕੇਂਦਰ ਖੇੜੀ ਤੋਂ ਸ਼ੁਰੂ ਹੋਇਆ ਤੇ ਮੈਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਜਿਹੜੀ ਤੁਸੀਂ ਕੋਈ ਵੀ ਕੰਮ ਕਰਨਾ ਹੈ ਖੇਤੀ ਕਿਸਾਨੀ ਕਰਨੀ ਹੈ ਪੋਲਟਰੀ ਫਾਰਮ ਕਰਨੀ ਹੈ ਸਭ ਤੋਂ ਪਹਿਲਾਂ ਟ੍ਰੇਨਿੰਗ ਲੋ ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਤੁਸੀਂ ਕੰਮ ਕਰੋਗੇ ਮੈਂ ਨਹੀਂ ਕਹਿੰਦਾ ਤੁਹਾਡੇ ਰਾਸਤੇ 'ਚ ਕੋਈ ਵੀ ਅੜਿੱਕਾ ਆਊਗਾ ਮਾਨ ਸਮਾਨ ਮੈਨੂੰ ਤਾਂ ਇੱਕ ਛੋਟਾ ਜਿਹਾ ਮਿਲਿਆ ਮੈਂ ਕਹੂੰ ਕਿਸਾਨਾਂ ਨੂੰ ਇਹ ਤੋਂ ਵੀ ਵੱਡੇ ਵੱਡੇ ਮਾਨ ਸਮਾਨ ਮਿਲਣਗੇ ਜੇ ਉਹ ਮਤਲਬ ਇਮਾਨਦਾਰੀ ਨਾਲ ਕੰਮ ਕਰਨਗੇ ਤਾਂ ਇਹ ਬਾਲਕ੍ਰਿਸ਼ਨ ਨੇਗੇ ਪਿੰਡ ਭੂਲਣਾ ਹੈਗਾ ਭੂਲਣ ਪਿੰਡ ਉਹ ਹੈਗਾ ਜੋ ਬਿਲਕੁਲ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਪਰ ਹੈਗਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈਗਾ ਪੂਰਾ ਪਿੰਡ ਹੈ ਜਿਹੜਾ ਪਾਣੀ ਉਹ ਨਹਿਰ ਤੋਂ ਭਰ ਕੇ ਲਿਆਉਂਦਾ ਬੁਨਿਆਦੀ ਸਹੂਲਤਾਂ ਤੱਕ ਨਹੀਂ ਪਰ ਫਿਰ ਵੀ ਇੱਥੋਂ ਦਾ ਇੱਕ ਕਿਸਾਨ ਜਿਹੜਾ ਖੇਤੀ ਵਿਗਿਆਨ ਕੇਂਦਰਾਂ ਰਾਹੀਂ ਟ੍ਰੇਨਿੰਗ ਲੈ ਕੇ ਇੱਥੇ ਤੱਕ ਪਹੁੰਚਿਆ ਕਿ ਅੱਜ ਚੰਗੀ ਕਮਾਈਏ ਜਿਹੜੀ ਖੇਤੀ ਦੇ ਵਿੱਚੋਂ ਕਰ ਰਹੇ ਹੈ ਤੇ ਜਿਹੜੀ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਹੈਗੀ ਪਰਾਲੀ ਤਾਂ ਇਹ ਦੱਸ ਰਹੇ ਨੇ ਕਿ ਪਿਛਲੇ ਇੱਕ ਦਹਾਕੇ ਤੋਂ ਇਹਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਪਰਾਲੀ ਦਾ ਜਿਹੜਾ ਨਪਟਾਰ ਹੈ ਉਹ ਖੇਤ ਦੇ ਵਿੱਚ ਕਰਦੇ ਨੇ ਜਾਂ ਪਰਾਲੀ ਨੂੰ ਵੇਚਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਬਾਸਮਤੀ ਦੇ ਬੀਜ ਨੇ ਉਹਨਾਂ ਨੂੰ ਜਿਹੜਾ ਤਿਆਰ ਕਰਕੇ ਸੋਧ ਕੇ ਵੇਚ ਕੇ ਲੱਖਾਂ ਦੀ ਕਮਾਈ ਸਮੇ ਕਰ ਰਹੇ ਨੇਗੇ ਸਮਰ ਨਿਊਜ਼ ਤੋਂ ਕੁਲਵੀਰ ਸਿੰਘ ਸੰਗਰੂਰ ਪੂਲ